सत श्री अकाल जी, तुसीं देख रहे हो लुधियाना टाइम्स ते मैं हाँ सरमजीत सिंह। केंद्र सरकार दीआं जदों अनलॉक 4 दीआं गाइडलाइनस जारी कीतीआं सी तां उस दे विच केंद्र सरकार ने कहा सी कि 21 सितंबर तों स्कूल खुल सकणगे। सिर्फ 9वीं तों लै के 12वीं जमात तक दे जिहड़े विद्यार्थी ने उह स्कूलां दे विच आ सकणगे। उह वी कदी कदी जो जे किसे ने कुछ समझना होवे उसे वास्ते जिहड़े स्कूल दे विच विद्यार्थी आ सकणगे। पर पंजाब सरकार ने इस ते हजे कोई फैसला नहीं लिया सी कि पंजाब दे विच स्कूल खुलणगे या नहीं खुलणगे। पर हुण पंजाब सरकार ने भी पंजाब दे विच स्कूल खोलण दा फैसला कर लिया। 9वीं तो लैके 12वीं तक जमात दे जिहड़े विद्यार्थी ने ਉਹ ਆਪਣੇ ਮਾਪਿਆਂ ਤੋਂ ਲਿਖਤੀ ਪਰਮਿਸ਼ਨ ਲੈ ਕੇ ਸਕੂਲ ਦੇ ਵਿੱਚ ਉਹ ਪਰਮਿਸ਼ਨ ਲੈਟਰ ਦੇ ਕੇ ਸਕੂਲ ਦੇ ਵਿੱਚ ਆ ਸਕਣਗੇ। ਪਰ SOPs ਨੇ ਜੋ ਸਿਹਤ ਵਿਭਾਗ ਦੀਆਂ ਉਹਨਾਂ ਦੀ ਪਾਲਣਾ ਸਕੂਲ ਵਾਲਿਆਂ ਨੂੰ ਕਰਨੀ ਪਏਗੀ। ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਸਕੂਲ ਖੋਲ੍ਹਣ ਵਾਸਤੇ SOPs ਵੀ ਜਾਰੀ ਕੀਤੀਆਂ ਨੇ। ਸਕੂਲ 'ਚ ਐਂਟਰ ਕਰਨ ਤੋਂ ਲੈ ਕੇ ਸਕੂਲ ਦੇ ਵਿੱਚ ਕਲਾਸਾਂ ਅਟੈਂਡ ਕਰਨ ਤੱਕ ਦੇ ਜੋ ਹਦਾਇਤਾਂ ਕੇਂਦਰ ਸਰਕਾਰ ਨੇ ਜਾਰੀ ਕਰ ਦਿੱਤੀਆਂ ਹੋਈਆਂ ਨੇ, ਉਸ SOPs ਦਾ ਧਿਆਨ ਰੱਖਦੇ ਹੋਏ ਹੁਣ ਪੰਜਾਬ ਦੇ ਵਿੱਚ ਵੀ ਜਿਹੜੇ ਸਕੂਲ ਨੇ ਉਹ ਖੁੱਲ੍ਹਣ ਜਾ ਰਹੇ ਨੇ। 9ਵੀਂ ਤੋਂ ਲੈ ਕੇ 12ਵੀਂ ਤੱਕ ਜਮਾਤ ਦੇ ਜਿਹੜੇ ਵਿਦਿਆਰਥੀ ਨੇ ਉਹ ਹੁਣ ਸਕੂਲਾਂ ਦੇ ਵਿੱਚ ਆ ਸਕਣਗੇ। ਬਸ ਉਹਨਾਂ ਨੂੰ ਆਪਣੇ ਮਾਂ ਬਾਪ ਤੋਂ ਲਿਖਤੀ ਰੂਪ ਦੇ ਵਿੱਚ ਜਿਹੜੀ ਹੈ ਇੱਕ ਲੈਟਰ ਲਿਖਾ ਕੇ ਉਹ ਸਕੂਲ ਦੇ ਵਿੱਚ ਦੇਣੀ ਪਏਗੀ ਅਤੇ ਉਸ ਤੋਂ ਬਾਅਦ ਜਿਹੜੇ ਉਹ ਸਕੂਲ ਦੇ ਵਿੱਚ ਆ ਸਕਣਗੇ। ਅਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਆਪਾਂ ITIs ਦੀ, ਜਿੱਥੇ ਲੋਕ ਕਾਫੀ ਜਾ ਕੇ ਤਕਨੀਕੀ ਜਿਹੜੀਆਂ ਚੀਜ਼ਾਂ ਨੇ ਉਹ ਸਿੱਖਦੇ ਨੇ, ਕੋਰਸ ਕਰਦੇ ਨੇ, ਸਰਕਾਰ ਨੇ ਉਹਨਾਂ ਨੂੰ ਵੀ ਹੁਣ 21 ਸਤੰਬਰ ਤੋਂ ਜਿਹੜੀ ਹੈ ਮਨਜ਼ੂਰੀ ਦੇ ਦਿੱਤੀ ਹੈ। 21 ਸਤੰਬਰ ਤੋਂ ਜਿਹੜੀਆਂ ITIs ਨੇ ਉਹ ਵੀ ਖੁੱਲ੍ਹ ਸਕਣ, ITIs ਨੇ ਜਿਹੜੀਆਂ ਉਹ ਵੀ ਪੰਜਾਬ ਦੇ ਵਿੱਚ ਖੁੱਲ੍ਹ ਸਕਣਗੀਆਂ। ਅਤੇ ਇਸ ਤੋਂ ਬਾਅਦ ਕੁਛ ਹੋਰ ਵੀ ਜਿਹੜੀ ਸੰਸਥਾਵਾਂ ਨੇ ਉਹ ਪੰਜਾਬ ਸਰਕਾਰ ਨੇ ਫੈਸਲਾ ਲਿੱਤਾ, ਸਿਖਲਾਈ ਸੰਸਥਾਵਾਂ ਨੇ ਉਹਨਾਂ ਨੂੰ ਖੋਲ੍ਹਣ ਦਾ ਫੈਸਲਾ ਲਿੱਤਾ ਪੰਜਾਬ ਸਰਕਾਰ ਨੇ। ਨੈਸ਼ਨਲ ਇੰਸਟੀਟਿਊਟ ਆਫ ਐਂਟਰਪ੍ਰੀਨਿਓਰਸ਼ਿਪ ਐਂਡ ਸਮਾਲ ਬਿਜ਼ਨਸ ਡਿਵੈਲਪਮੈਂਟ ਦੇ ਅਤੇ ਇਸ ਦੇ ਨਾਲ ਜੋ ਹੋਰ ਇਸ ਦੇ ਸਿਖਲਾਈ ਕੇਂਦਰ ਨੇ ਉਹਨਾਂ ਨੂੰ ਵੀ ਜਿਹੜੀ ਹੈ ਪੰਜਾਬ ਸਰਕਾਰ ਨੇ 21 ਸਤੰਬਰ ਤੋਂ ਨਿਰਧਾਰਿਤ SOPs ਦੇ ਤਹਿਤ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਪੇਰੈਂਟਸ ਦੇ ਵਿੱਚ ਕਾਫੀ ਜਿਹੜਾ ਸੀਗਾ ਕਿ ਉਹਨਾਂ ਦੇ ਬੱਚੇ ਕਦੋਂ ਸਕੂਲ ਜਾਣਗੇ, ਕਿਉਂਕਿ ਘਰ ਬੈਠੇ ਔਨਲਾਈਨ ਕਾਫੀ ਦਿੱਕਤਾਂ ਪਰੇਸ਼ਾਨੀਆਂ ਵੀ ਜਿਹੜੀਆਂ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਸੀਗਾ ਦਿੱਕਤਾਂ ਪਰੇਸ਼ਾਨੀਆਂ ਦਾ, ਕਿਉਂਕਿ ਔਨਲਾਈਨ ਕਈ ਵਾਰੀ ਨਹੀਂ ਬੱਚਾ ਪੜ੍ਹ ਸਕਦਾ ਜਾਂ ਕਈ ਜੋ ਗਰੀਬ ਨੇ ਜਾਂ ਹਾਲਾਤ ਜਿਨ੍ਹਾਂ ਦੇ ਘਰ ਦੇ ਖਰਾਬ ਨੇ ਉਹਨਾਂ ਦੇ ਕੋਲ ਮੋਬਾਈਲ ਫੋਨ ਨਾ ਹੋਣ ਕਾਰਨ, ਇੰਟਰਨੈਟ ਕਨੈਕਸ਼ਨ ਹੋਣ ਕਾਰਨ ਜਿਹੜਾ ਕਾਫੀ ਔਖਾਈ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੀਗਾ, ਪਰ ਉਹਨਾਂ ਪੇਰੈਂਟਸ ਵਾਸਤੇ ਹੁਣ ਕੁਛ ਜਿਹੜੀ ਆ ਰਾਹਤ ਉਹਨਾਂ ਨੂੰ ਜ਼ਰੂਰ ਮਿਲੇਗੀ ਜੇ 9ਵੀਂ ਤੋਂ ਲੈ ਕੇ 12ਵੀਂ ਤੱਕ ਜਮਾਤ ਦੇ ਜਿਹੜੇ ਬੱਚੇ ਨੇ ਉਹ ਹੁਣ ਸਕੂਲ ਜਾ ਕੇ ਪੜ੍ਹ ਸਕਣਗੇ। ਤਾਂ ਵਧੇਰੇ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ। ਲੁਧਿਆਣਾ ਤੋਂ ਸਰਮਜੀਤ ਸਿੰਘ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲੋ।